ਪੰਜਾਬ ਦਾ ਬਣੂਗਾ ਕੀ ਇੱਦਾਂ ਜੇ ਕਾਂਗਰਸ ਦੇ ਵਿੱਚ ਆਪਾਂ ਝੀਕਣ ਲਾ ਲਿਆ ਤੇ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਬਾਰੇ ਵੀ ਥੋੜਾ ਥੋੜਾ ਦੱਸ ਦਿੰਦੇ ਮੈਂ ਕਹਿੰਦਾ ਪੱਛੀ ਸਾਹਿਬ ਇੱਕ ਗੱਲ ਸਵਾਲ ਹੋਰ ਆ ਗਿਆ ਦਿਮਾਗ ਦੇ ਵਿੱਚ ਇਹ ਲੀਡਰ ਨੂੰ ਤਾਂ ਜੇ ਪੁੱਛੋ ਤੇ ਉਹ ਵੀ ਤੁਹਾਡਾ ਕੰਪੈਰੀਜ਼ਨ ਕਿਹਦੇ ਨਾਲ ਆ ਤੇ ਉਹ ਜਵਾਬ ਨਹੀਂ ਦਿੰਦੇ ਉਹ ਕਹਿੰਦੇ ਸਾਡਾ ਸਾਡੇ ਨਾਲ ਹੀ ਆ ਕੰਪੈਰੀਜ਼ਨ ਤੁਸੀਂ ਕੀ ਕਹਿੰਦੇ ਹੋ ਪੰਜਾਬ ਦੇ ਵਿੱਚ ਕਿਹਦੀ ਜ਼ਿਆਦਾ ਲੜਾਈ ਰਹੂਗੀ ਸਭ ਤੋਂ ਅਹਿਮ ਕਹਿੰਦੇ ਮਜੀਠੀਆ ਭੱਜਿਆ ਹੋਇਆ ਇਹਦੇ ਬਾਰੇ ਕੋਈ ਸੱਚਾਈ ਪਤਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਹਲਾਤੇ ਪੰਜਾਬ ਚੈਨਲ ਇਸ ਚੈਨਲ ਦੇ ਜ਼ਰੀਏ ਅਸੀਂ ਤਮਾਮ ਸ਼ਖਸੀਅਤਾਂ ਨਾਲ ਸਮੇਂ ਸਮੇਂ ਤੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਤੁਹਾਨੂੰ ਕਿਵੇਂ ਦੇਖਦੇ ਹੋ ਤੁਸੀਂ ਪੰਜਾਬ ਦੇ ਰਾਜਨੀਤੀ ਸਫ਼ਰ ਨੂੰ ਕਿੱਦਾਂ ਦੇਖਦੇ ਪਏ ਹੋ ਪੰਜਾਬ ਦੀ ਰਾਜਨੀਤੀ ਕਾਹਦੀ ਆ ਕਾਂਗਰਸ ਪ੍ਰੈਜ਼ੀਡੈਂਟ ਸਰਕਾਰ ਹੈ ਪਿਛਲੇ 5 ਸਾਲ ਤੋਂ ਜੀ ਸਾਢੇ 4 ਸਾਲ ਕੈਪਟਨ ਖਤਮ ਕਰ ਗਿਆ ਬਿਲਕੁਲ ਉਹਨੇ ਤਾਂ ਆਪਣੇ ਮਹਿਲਾਂ ਚੋਂ ਨਹੀਂ ਨਿਕਲਿਆ ਉਹਨੇ ਉਦੋਂ ਵੀ ਬੈਠੇ ਹੋਏ ਸੀਗੇ ਸਟੇਜ ਦੇ ਉੱਤੇ ਉਹ ਸਟੇਜ ਤੇ ਬੈਠਣਾ ਦਾ ਮਤਲਬ ਇਹ ਨਹੀਂ ਕਿ ਪਬਲਿਕ ਦੇ ਕੋਈ ਕੰਮ ਕੀਤੇ ਆ ਹੁਣ ਉਹਦੀ ਗਰਦਨ 'ਚ ਐਡਾ ਸਰੀਆ ਰਾਜਿਆਂ ਵਾਲਾ ਸੀ ਠੀਕ ਹੈ ਨਾ ਮੈਂ ਰਾਜੇ ਪਰਿਵਾਰ ਤੋਂ ਹਾਂ ਔਰ ਹੁਣ ਉਹਨਾਂ ਨੇ ਆਪਣੀ ਨਵੀਂ ਪਾਰਟੀ ਬਣਾ ਲਈ ਜਿਸ ਬੰਦੇ ਨੇ ਖੰਡਰਾਤ ਬਤਾਤੇ ਹੈ ਕਿ ਬਿਲਡਿੰਗ ਬਹੁਤ ਆਲੀਸ਼ਾਨ ਥੀ ਜਿਸ ਬੰਦੇ ਨੇ ਆਪਣੇ ਸਾਢੇ 4 ਸਾਲਾਂ 'ਚ ਕੁਛ ਨਹੀਂ ਕੀਤਾ ਉਹ ਨਵੀਂ ਪਾਰਟੀ ਬਣਾ ਕੇ ਕੀ ਕਰ ਲਊਗਾ ਪਰ ਉਸ ਦਿਨ ਮੈਂ ਦੇਖਿਆ ਕਿ 400-500 ਮੈਂਬਰ ਸੀ ਅੱਗੇ ਖੜਾ ਕਹਿੰਦੇ ਸੁਣਿਆ ਜਾਂਦਾ ਆ ਕਿ 500 ਮੈਂਬਰ ਨੂੰ ਭਾਸ਼ਣ ਦੇ ਰਹੇ ਸੀਗੇ ਕੈਪਟਨ ਅਮਰਿੰਦਰ ਸਿੰਘ ਤੇ ਜੇ ਕੈਪਟਨ ਅਮਰਿੰਦਰ ਸਿੰਘ ਜੀ 500 ਬੰਦੇ ਨੂੰ ਭਾਸ਼ਣ ਦੇ ਰਹੇ ਆ ਤਾਂ 500 ਕੁ ਬੰਦਾ ਤਾਂ ਮੇਰਾ ਖਿਆਲ ਜੇ ਆਪਾਂ ਕੌਂਸਲਰ ਨੂੰ ਕਹਿ ਦਈਏ ਜਾਂ ਸਰਪੰਚ ਨੂੰ ਕਹਿ ਦਈਏ ਉਹਨੇ ਤਾਂ ਉਹ ਵੀ ਇਕੱਠੇ ਕਰ ਲੈਂਦਾ ਜੀ ਜੀ ਨਹੀਂ ਹੁੰਦੇ ਬਿਲਕੁਲ ਬਿਲਕੁਲ ਮੈਂ ਇਸੇ ਗੱਲ ਨੂੰ ਵੀ ਮਤਲਬ ਕਿ 4.5 ਸਾਲ ਉਹਨਾਂ ਨੇ ਪੰਜਾਬ ਦੀ ਕਮਾਂਡ ਸਾਂਭੀ ਆ ਅਗਲੇ ਫਿਰ ਹੁਣ ਚੰਨੀ ਸਰਕਾਰ ਹੈ ਜੀ ਸਿੱਧੂ ਔਰ ਚੰਨੀ ਦੀ ਆਪਸ 'ਚ ਕੁੰਡੀ ਹੈ ਠੀਕ ਹੈ ਸਿੱਧੂ ਇੱਕ ਨਵਾਂ ਪੰਜਾਬ ਵਸਾਉਣਾ ਚਾਹੁੰਦਾ ਨਸ਼ੇ ਖਤਮ ਕਰਨਾ ਚਾਹੁੰਦਾ ਮਾਫੀਆ ਖਤਮ ਕਰਨਾ ਚਾਹੁੰਦਾ ਜਦਕਿ ਇੱਕ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਸੀ ਅਲੀ ਬਾਬਾ 40 ਚੋਰ ਤੁਸੀਂ ਮੰਨਦੇ ਹੋ ਕਿ ਨਵਜੋਤ ਸਿੰਘ ਸਿੱਧੂ ਇਹ ਸੋਚਦੇ ਨੇ ਅਸਲੀਅਤ ਇਹ ਉਹਨਾਂ ਦੀ ਇਹ ਆ ਕਿ ਕਿਉਂਕਿ ਹਰੇਕ ਪਾਰਟੀਆਂ ਵਾਅਦੇ ਕਰਦੀਆਂ ਨੇ ਹਰੇਕ ਲੀਡਰ ਵਾਅਦੇ ਕਰਦਾ ਆ ਕਿਉਂ ਵਾਅਦੇ ਕਰਕੇ ਹੀ ਵੋਟਾਂ ਬਟੋਰਨ ਦੀ ਆਸ ਰੱਖਦੇ ਨੇ ਤਾਂ ਬਿਲਕੁਲ ਇਹ ਵਾਅਦੇ ਤੇ ਦਾਅਵੇ ਚੱਲਣਗੇ ਉਹਨਾਂ ਦੇ ਮੇਰਾ ਤਾਂ ਨਹੀਂ ਖਿਆਲ ਵੀ ਇਸ ਵਾਰ ਜਿੰਨਾ ਕੁ ਪਬਲਿਕ ਨੇ ਰਗੜੇ ਤਗੜੇ ਖਾਧੇ ਆ ਕੋਰੋਨਾ ਦੇ ਦੌਰਾਨ ਕੋਈ ਸਿਆਸਤਦਾਨ ਬਾਹਰ ਨਹੀਂ ਆਇਆ ਪਬਲਿਕ ਨੇ ਇਸ ਚੀਜ਼ ਨੂੰ ਨੇੜਿਓਂ ਦੇਖਿਆ ਬਿਲਕੁਲ ਠੀਕ ਹੈ ਮਾਫੀਆ ਕਾਂਗਰਸ ਆਪਣਾ ਮਾਫੀਆ ਚਲਾ ਰਹੀ ਆ ਕਾਂਗਰਸ ਦਾ ਆਪਣਾ ਮਾਫੀਆ ਵਿੱਚ ਕਾਂਗਰਸ ਦੇ ਵਿੱਚ ਵੀ ਕਹਿੰਦੇ ਭਚੀਕੜ ਬੜਾ ਆ ਬਹੁਤ ਜ਼ਬਰਦਸਤ ਭਚੀਕੜ ਆ ਗਰੁੱਪ ਬਹੁਤ ਬਣੇ ਹੋਏ ਆ ਆਸ਼ੂ ਕੀ ਰਵਨੀਤ ਬਿੱਟੂ ਕੀ ਰਾਜਾ ਵੜਿੰਗ ਕੀ ਨਵਜੋਤ ਸਿੱਧੂ ਕੀ ਚਰਨਜੀਤ ਚੰਨੀ ਕੀ ਸਾਰਿਆਂ ਦੇ ਅਲੱਗ ਅਲੱਗ ਗਰੁੱਪ ਨੇ ਇੱਕ ਦੂਜੇ ਨਾਲ ਕੁੰਡੀਆਂ ਫਸਦੀਆਂ ਇਹਨਾਂ ਦੀਆਂ ਕਿਸ ਕੁੰਡੀਆਂ ਇਹਨਾਂ ਦੀਆਂ ਫਸਦੀਆਂ ਇੱਦਾਂ ਇਹਨਾਂ ਦਾ ਕੋਈ ਬੌਂਡਿੰਗ ਨਹੀਂ ਹੈ ਕਿ ਆਪਾਂ ਕਾਂਗਰਸ ਅੱਛਾ ਤੁਸੀਂ ਇੱਕ ਹੋਰ ਗੱਲ ਦੇਖੋ ਤੁਹਾਨੂੰ ਮੈਂ ਇੱਕ ਪਤੇ ਦੀ ਗੱਲ ਦੱਸਾਂ ਕੈਪਟਨ ਨੇ ਵੀ ਜਿਹੜੀ ਨਵੀਂ ਕਾਂਗਰਸ ਪਾਰਟੀ ਬਣਾਈ ਆ ਲੋਕ ਪਾਰਟੀ ਲੋਕ ਕਾਂਗਰਸ ਪਾਰਟੀ ਜੀ 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 ਬਿਲਕੁਲ ਉਹਨੇ ਵੀ ਆਪਣੇ ਨਾਲ ਮਾੜੀ ਜਿਹੀ ਕਾਂਗਰਸ ਜੋੜ ਕੇ ਰੱਖੀ ਆ ਠੀਕ ਹੈ ਕਿਉਂ ਜੋੜੀ ਹੈ ਇਹਦੇ ਪਿੱਛੇ ਇੱਕ ਲੌਜਿਕ ਹੈ ਜੀ ਉਹਨੂੰ ਵੀ ਕਿਤੇ ਨਾ ਕਿਤੇ ਪਤਾ ਕਿ ਜਦੋਂ ਹਾਈ ਕਮਾਂਡ ਕਾਂਗਰਸ ਦੀ ਇਹ ਸਾਰੇ ਥੱਲੜੇ ਚੱਟੇ ਬੱਟਿਆਂ ਤੋਂ ਰਗੜਾ ਖਾ ਕੇ ਮੁੜੂਗੀ ਤਾਂ ਇਹ ਮੈਨੂੰ ਬੁਲਾਊਗੀ ਵੀ ਕੈਪਟਨ ਸਾਹਿਬ ਤੁਸੀਂ ਆ ਜਾਓ ਬਿਲਕੁਲ ਆ ਕੇ ਕਮਾਂਡ ਸਾਂਭੋ ਇਹਨਾਂ ਤੋਂ ਸਾਂਭੀ ਨਹੀਂ ਜਾਂਦੀ ਇਹ ਸਾਰੇ ਨਵੀਂ ਜਨਰੇਸ਼ਨ ਹੈ ਠੀਕ ਹੈ ਜੀ ਅਤੇ ਉਦੋਂ ਮੈਂ ਫਿਰ ਕਾਂਗਰਸ 'ਚ ਆ ਜਾਊਂਗਾ ਕਿਉਂਕਿ ਉਹਨੇ ਨਾਮ ਹੀ ਪਹਿਲਾਂ ਹੀ ਬੜੀ ਸੋਚ ਕੇ ਰੱਖਿਆ ਲੋਕ ਕਾਂਗਰਸ ਪਾਰਟੀ ਕੀ ਬਾਤ ਹੈ ਸੋ ਇਹ ਜੇ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ ਤੇ ਪੰਜਾਬ ਦਾ ਬਣੂਗਾ ਕੀ ਇੱਦਾਂ ਜੇ ਕਾਂਗਰਸ ਦੇ ਵਿੱਚ ਆਪਾਂ ਝੀਕਣ ਲਾ ਲਿਆ ਤੇ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਬਾਰੇ ਵੀ ਥੋੜਾ ਥੋੜਾ ਦੱਸ ਦਿੰਦੇ ਮੈਂ ਕਹਿੰਦਾ ਹੁਣ ਬੀਜੇਪੀ ਆ ਬੀਜੇਪੀ ਦਾ ਅਕਾਲੀਆਂ ਤੋਂ ਗੱਠਬੰਧਨ ਟੁੱਟ ਗਿਆ ਹਾਂਜੀ ਠੀਕ ਆ ਅਕਾਲੀ ਆ ਉਹਨਾਂ ਨੇ ਪਹਿਲਾਂ ਤਾਂ ਪੰਜਾਬ ਨੂੰ ਨਿਚੋੜਿਆ ਬੀਜੇਪੀ ਨੂੰ ਨਾਰ ਲਾ ਕੇ ਹੁਣ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਰਲਾ ਲਈ ਹੁਣ ਉਹਨਾਂ ਦਾ ਆਪਸ 'ਚ ਵੀ ਕੁੰਡੀ ਪਈ ਹੋਈ ਆ ਕਿਉਂਕਿ ਜਿਹੜੀਆਂ ਸੀਟਾਂ ਉਹ ਮੰਗਦੇ ਸੀ ਉਹ ਦਿੱਤੀਆਂ ਨਹੀਂ ਠੀਕ ਹੈ ਜਿਹੜੀਆਂ ਦਿੱਤੀਆਂ ਉੱਥੇ ਉਹਨਾਂ ਨੇ ਜਿੱਤਣਾ ਨਹੀਂ ਵੈਸੇ ਵੀ ਬਹੁਜਨ ਸਮਾਜ ਪਾਰਟੀ ਦਾ ਕੀ ਕਹਿ ਸਕਦੇ ਆਪਾਂ ਕਿੰਨਾ ਕੁ ਵਜੂਦ ਆ ਸਾਰਿਆਂ ਨੂੰ ਪਤਾ ਹੀ ਆ ਕੋਈ ਮੈਂ ਇਕੱਲਾ ਤਾਂ ਪੰਜਾਬ ਨੂੰ ਦੇਖਦਾ ਨਹੀਂ ਤੁਸੀਂ ਵੀ ਪੰਜਾਬ 'ਚ ਬੈਠੇ ਹੋ ਸਾਰਾ ਸਮਾਜ ਪੰਜਾਬ 'ਚ ਬੈਠਾ ਹੈ ਆਪਣਾ ਪੰਜਾਬੀ ਵਰਗ ਉਹ ਪਤਾ ਉਹਨੂੰ ਕਿ ਕਿਹੜੀ ਕਿਹੜੀ ਪਾਰਟੀ ਦਾ ਕੀ ਵਜੂਦ ਆ ਵੈਸੇ ਜੋ ਮੈਂ ਪਬਲਿਕਲੀ ਇਸ ਵੇਲੇ ਮਾਰਕੀਟ 'ਚ ਵਿਚਰ ਕੇ ਦੇਖਦਾ ਉਹ ਮੈਨੂੰ ਇਹ ਰੁਝਾਨ ਜ਼ਰੂਰ ਦੇਖਣ ਨੂੰ ਮਿਲਦਾ ਲੋਕ ਆਮ ਆਦਮੀ ਪਾਰਟੀ ਵੱਲ
ਜੀ ਲੋਕਾਂ ਨੂੰ ਜਿਹਨੂੰ ਵੀ ਮੈਂ ਮਿਲਦਾ ਉਹ ਇਹ ਕਹਿੰਦਾ ਯਾਰ ਇੱਕ ਮੈਨੂੰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਗਜ਼ਾਮਪਲ ਦੇ ਨਾਲ ਸਾਡੀ ਗੱਲ ਕੰਪਲੀਟ ਕਰ ਦਾਂਗਾ ਮੈਂ ਇੱਕ ਮੇਰੀ ਕਿਸੇ ਬੰਦਾ ਫੋਨ 'ਤੇ ਗੱਲ ਹੋਈ ਮੈਂ ਕਿਹਾ ਹੋਰ ਵੀ ਕੀ ਹਾਲ ਆ ਤੇਰਾ ਕਹਿੰਦਾ ਠੀਕ ਹੈ ਕਹਿੰਦਾ ਮੈਂ ਕਿਹਾ ਹੋਰ ਕਹਿੰਦਾ ਮੈਂ ਕਹਿੰਦਾ ਸਿਆਸਤ ਦਾ ਕੀ ਹਾਲ ਆ ਪੰਜਾਬ ਦਾ ਕੀ ਹਾਲ ਆ ਤੁਹਾਡੇ ਇਲਾਕੇ ਦਾ ਕੀ ਹਾਲ ਆ ਕਹਿੰਦਾ ਠੀਕ ਹੈ ਕਹਿੰਦਾ ਯਾਰ ਕਹਿੰਦਾ 72-75 ਸਾਲ ਹੋ ਗਏ ਕਦੀ ਆਪਣੇ ਜੁੱਤੀਆਂ ਕਾਂਗਰਸ ਮਾਰ ਦਿੰਦੀ ਆ ਕਦੀ ਆਪਣੇ ਅਕਾਲੀ ਮਾਰ ਦਿੰਦੇ ਆ ਕਦੇ ਆਪਣੇ ਬੀਜੇਪੀ ਮਾਰ ਦਿੰਦੇ ਆ ਮੈਂ ਕਿਹਾ ਫੇਰ ਕਹਿੰਦਾ ਹੁਣ ਤਾਂ ਆਪਣਾ ਸਰੀਰ ਪੱਕ ਗਿਆ ਜੁੱਤੀਆਂ ਖਾ ਕੇ ਦੇਖੋ ਤੁਹਾਡੇ ਮਾਰ ਪਵੇ ਚਾਹੇ ਕਾਂਗਰਸ ਦਾ ਥੱਪੜ ਵੱਜ ਗਿਆ ਚਾਹੇ ਬੀਜੇਪੀ ਦਾ ਵੱਜ ਗਿਆ ਚਾਹੇ ਅਕਾਲੀਆਂ ਦਾ ਵੱਜ ਗਿਆ ਕਹਿੰਦਾ ਐਤਕੀ ਮੇਰਾ ਮਨ ਕਰਦਾ ਵੀ ਯਾਰ ਮੈਂ ਇੱਕ ਚਾਂਸ ਆਮ ਆਦਮੀ ਪਾਰਟੀ ਨੂੰ ਦੇ ਕੇ ਦੇਖ ਲਾਂ ਹੁਣ ਸਰੀਰ ਤਾਂ ਪੱਕ ਗਿਆ ਜੁੱਤੀਆਂ ਖਾ ਖਾ ਕੇ ਵੀ ਇੱਕ ਜੁੱਤੀ ਆਪਾਂ ਇਹ ਉਮੀਦ ਰੱਖ ਕੇ ਮਾਰੋ ਵੀ ਯਾਰ ਪੈਣੀ ਸਾਡੇ ਜੁੱਤੀ ਹੋਈ ਹੈ ਬਿਲਕੁਲ ਵੀ ਮਾਰਨ ਵਾਲਾ ਹੀ ਬਦਲਿਆ ਜੁੱਤੀ ਤਾਂ ਉਹੀ ਆ ਮਾਰਨ ਵਾਲਾ ਬਦਲਿਆ ਠੀਕ ਹੈ ਅਤੇ ਜੇ ਸਾਡੀ ਆਮ ਆਦਮੀ ਪਾਰਟੀ ਮਾਰ ਲੂਗੀ ਤਾਂ ਸਾਨੂੰ ਕੀ ਨੁਕਸਾਨ ਹੈ ਔਰ ਸਾਨੂੰ ਮੱਲਮ ਲੱਗਣ ਦੇ ਜ਼ਿਆਦਾ ਚਾਂਸ ਆ ਇਹ ਉਸ ਬੰਦੇ ਦੀ ਵਰਡਿੰਗ ਸੀ ਜੀ ਕਹਿਣ ਦਾ ਭਾਵ ਐਤਕੀ ਪੰਜਾਬ ਦੀ ਪਬਲਿਕ ਦਾ ਰੁਝਾਨ ਮੈਨੂੰ ਲੱਗ ਰਿਹਾ ਇਹ ਗੱਲ ਵੱਖਰੀ ਹੈ ਵੀ ਇਹ ਦੋ ਪਾਰਟੀਆਂ ਅਕਾਲੀ ਅਤੇ ਕਾਂਗਰਸ ਅਤੇ ਬੀਜੇਪੀ ਰਲ ਕੇ ਉਹਦੇ ਪੈਰ ਨਾ ਲੱਗਣ ਦੇਣ ਕਿਉਂਕਿ ਪਿਛਲੇ ਮੇਰਾ ਗੱਲ ਸੀਗੀ ਕਿ ਕਿਉਂਕਿ ਪੁਰਾਣੀਆਂ ਪਾਰਟੀਆਂ ਨੇ ਨਵੀਂ ਪਾਰਟੀ ਨੂੰ ਪੈਰ ਲੱਗਣੇ ਬਹੁਤ ਮੁਸ਼ਕਲ ਲੇਕਿਨ ਇੱਕ ਗੱਲ ਮੈਂ ਤੁਹਾਨੂੰ ਕਹਿੰਦਾ ਇਹ ਗੱਲ ਬੜੀ ਗੌਰ ਵਾਲੀ ਔਰ ਸੁਣਨ ਵਾਲੀ ਔਰ ਸਮਝਣ ਵਾਲੀ ਆ ਇਹ ਪਾਰਟੀਆਂ ਪੁਰਾਣੀਆਂ ਨੇ ਤੁਸੀਂ ਵੀ ਮੰਨਦੇ ਹੋ ਪੰਜਾਬ ਵੀ ਮੰਨਦਾ ਔਰ ਦੇਸ਼ ਵੀ ਮੰਨਦਾ ਕਿ ਅਕਾਲੀ ਬੀਜੇਪੀ ਔਰ ਕਾਂਗਰਸ ਤਿੰਨੇ ਪੁਰਾਣੀਆਂ ਪਾਰਟੀਆਂ ਅਕਾਲੀ ਕਾਂਗਰਸ ਹੀ ਜ਼ਿਆਦਾ ਨੇ ਅਕਾਲੀ ਪਾਰਟੀ ਮੇਰੇ ਖਿਆਲ 1920 ਦੀ ਹੈ ਬਿਲਕੁਲ ਬਿਲਕੁਲ ਠੀਕ ਹੈ ਨਾ ਕਾਂਗਰਸ ਵੀ ਬਹੁਤ ਪੁਰਾਣੀ ਹੈ ਪਰ ਇੱਥੇ ਇੱਕ ਗੱਲ ਬੜੀ ਗੌਰ ਨਾਲ ਸੋਚਣ ਔਰ ਸਮਝਣ ਵਾਲੀ ਆ ਕਿ 10 ਕੁ ਸਾਲ ਦੀ ਜਨਮ 10 ਕੁ ਸਾਲ ਦਾ ਜਿਹਦਾ ਜਨਮ ਹੋਇਆ ਹੋਵੇ ਜਿਸ ਪਾਰਟੀ ਦਾ ਉਸ ਪਾਰਟੀ ਨੇ ਇਹਨਾਂ ਨੂੰ ਇਹ ਚੀਜ਼ਾਂ ਸੋਚਣ ਲਈ ਮਜਬੂਰ ਕਰਤਾ ਪੁਰਾਣੀਆਂ ਪਾਰਟੀਆਂ ਨੂੰ ਕਿ ਵੋਟਰ ਚਾਹੁੰਦਾ ਕੀ ਆ ਬਿਲਕੁਲ ਜੇ ਅਰਵਿੰਦ ਕੇਜਰੀਵਾਲ ਸੁਪਰੀਮੋ ਜਿਹੜਾ ਆਮ ਆਦਮੀ ਪਾਰਟੀ ਦਾ ਉਹਨੇ 10 ਸਾਲਾਂ 'ਚ ਜਾਂ 15 ਸਾਲਾਂ 'ਚ ਇਹ ਪੁਰਾਣੀਆਂ ਪਾਰਟੀਆਂ ਨੇ ਉਹ ਹਲੇ ਬੱਚਾ ਹੈ ਪਾਰਟੀ ਲੈਵਲ 'ਤੇ ਉਹਨੇ ਇਹ ਸੋਚਣ ਲਈ ਮਜਬੂਰ ਕਰਤਾ ਇਹਨਾਂ ਨੂੰ ਕਿ ਵੋਟਰ ਦੀ ਸੋਚ ਕੀ ਹੁੰਦੀ ਆ ਵੋਟਰ ਮੰਗਦਾ ਕੀ ਆ ਵੋਟਰ ਨੂੰ ਚਾਹੀਦਾ ਕੀ ਆ ਅਸੀਂ ਕੀ ਦੇਣਾ ਵੋਟਰ ਨੂੰ ਬਖਸ਼ੀ ਸਾਹਿਬ ਇੱਕ ਗੱਲ ਸਵਾਲ ਹੋਰ ਆ ਗਿਆ ਦਿਮਾਗ ਦੇ ਵਿੱਚ ਕਿ ਲੀਡਰ ਨੂੰ ਤਾਂ ਜੇ ਪੁੱਛੋ ਤੇ ਵੀ ਤੁਹਾਡਾ ਕੰਪੈਰੀਜ਼ਨ ਕਿਹਦੇ ਨਾਲ ਆ ਤੇ ਉਹ ਜਵਾਬ ਨਹੀਂ ਦਿੰਦੇ ਉਹ ਕਹਿੰਦੇ ਸਾਡਾ ਸਾਡੇ ਨਾਲ ਹੀ ਆ ਕੰਪੈਰੀਜ਼ਨ ਤੁਸੀਂ ਕੀ ਕਹਿੰਦੇ ਹੋ ਪੰਜਾਬ ਦੇ ਵਿੱਚ ਕਿਹਦੀ ਜ਼ਿਆਦਾ ਲੜਾਈ ਰਹੂਗੀ ਸਭ ਤੋਂ ਅਹਿਮ ਭੂਮਿਕਾ ਕੌਣ ਬਣਨੇਗੀ ਪੰਜਾਬ ਦੇ ਵਿੱਚ ਇਹ ਦੋ ਪਾਰਟੀਆਂ ਦਾ ਪਚੀਕੜ ਪੈਣਾ ਕਿਹੜੀਆਂ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਜੀ ਤੁਹਾਡਾ ਇਹ ਕਹਿਣਾ ਹੈ ਮੇਰਾ ਇਹ ਕਹਿਣਾ ਤੁਹਾਡਾ ਨਿੱਜੀ ਇਹ ਕਹਿਣਾ ਹੈ ਮੇਰਾ ਆਪਣਾ ਨਿੱਜੀ ਡਿਸੀਜ਼ਨ ਹੈ ਕਿ ਆਮ ਆਦਮੀ ਪਾਰਟੀ ਮਤਲਬ ਅਕਾਲੀ ਦਲ ਜਾਊਗਾ ਸਾਈਡ 'ਤੇ ਅਕਾਲੀ ਦਲ ਨੂੰ ਮੇਰਾ ਨਹੀਂ ਖਿਆਲ ਹੈ ਕਿ ਪੰਜਾਬ ਦੀ ਪਬਲਿਕ ਕੋਈ ਮੂੰਹ ਲਾਵੇ ਜੀ ਕਿਉਂਕਿ ਆਪਾਂ ਦੇਖਿਆ ਹੀ ਆ ਪਹਿਲਾਂ ਬਿਲਕੁਲ 40-45 ਬੱਸਾਂ ਹੁੰਦੀਆਂ ਸੀ ਹੁਣ 800 ਬੱਸਾਂ ਦਾ ਕਾਫਲਾ ਔਰ ਬੱਸਾਂ 'ਚ ਰੇਪ ਤੱਕ ਹੋਏ ਆ ਮਾਫੀਆ ਤੱਕ ਬਣ ਗਏ ਮਾ ਚਿੱਟਾ ਲਿਆਉਣ ਵਾਲੇ ਅਕਾਲੀ ਠੀਕ ਹੈ ਕਹਿੰਦੇ ਮਜੀਠੀਆ ਭੱਜਿਆ ਹੋਇਆ ਇਹਦੇ ਬਾਰੇ ਕੋਈ ਸੱਚਾਈ ਪਤਾ ਮਜੀਠੀਆ ਦੇ ਉੱਤੇ ਪਰਚਾ ਕਰਤਾ ਜੀ ਉਹਨੂੰ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਜੀ ਅਸੀਂ ਉਹਨੂੰ ਫੜਨ ਲੱਗੇ ਹੋਏ ਹੁਣ ਤੁਸੀਂ ਥੋੜ੍ਹੇ ਦਿਨ ਸੁਖਜਿੰਦਰ ਰੰਧਾਵੇ ਦਾ ਬਿਆਨ ਨਹੀਂ ਪੜਿਆ ਉਹ ਕਹਿੰਦਾ ਮੇਰੇ ਕੋਈ ਜਾਦੂ ਦੀ ਛੜੀ ਥੋੜ੍ਹੀ ਆ ਕਿ ਮੈਂ ਹਿਲਾਵਾਂ ਅਤੇ ਮੈਂ ਮਜੀਠੀਆ ਦੇ ਸਾਹਮਣੇ ਜਾ ਕੇ ਖੜਾ ਹੋ ਜਾਂਦਾ ਮੈਂ ਉਹਨੂੰ ਫੜ ਲਵਾਂ ਠੀਕ ਹੈ ਨਾ ਪੁਲਿਸ ਰੇਡ ਕਰ ਰਹੀ ਹੈ ਫੜਿਆ ਜਾਊਗਾ ਉਹਨੂੰ ਫੜ ਲਾਂਗੇ ਇਹ ਪਬਲਿਕ ਨੂੰ ਦੇਖੋ ਇਹ ਸਿਆਸਤਦਾਨ ਵਿੱਚੋਂ ਇਕੱਠੇ ਹੁੰਦੇ ਆ ਪਾਰਟੀਆਂ ਇਹਨਾਂ ਦੀਆਂ ਜ਼ਰੂਰ ਪਬਲਿਕ ਨੂੰ ਅੱਖਾਂ 'ਚ ਘੱਟਾ ਪਾਉਣ ਵਾਸਤੇ ਹੁੰਦੀਆਂ ਨੇ ਲੇਕਿਨ ਇਹ ਵਿੱਚੋਂ ਇਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਬਿਲਕੁਲ ਵਿੱਚੋਂ ਇਹਨਾਂ ਦੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਆਖਿਰਕਾਰ ਮੈਂ ਲਾਸਟ 'ਤੇ ਗੱਲ 'ਤੇ ਆਉਂਦਾ ਹਾਂ ਕਿ ਸਾਡੀ ਆਮ ਜਨਤਾ ਨੂੰ ਸਾਨੂੰ ਆਮ ਲੋਕਾਂ ਨੂੰ ਕੀ ਜਾਗਣਾ ਪਏਗਾ ਹੁਣ ਬਿਲਕੁਲ ਦੇਖੋ ਮੈਂ ਹੁਣ ਤੁਹਾਨੂੰ ਮੈਂ ਉਸ ਬੰਦੇ ਦੀ ਗੱਲ ਸੁਣਾਈ ਉਹ ਕਹਿੰਦਾ ਯਾਰ ਮੈਨੂੰ ਕਾਂਗਰਸੀ ਵੀ ਜੁੱਤੀਆਂ ਮਾਰਦੇ ਰਹੇ ਆ ਅਕਾਲੀ ਵੀ ਮਾਰਦੇ ਰਹੇ ਬੀਜੇਪੀ ਹੁਣ ਐਤਕੀ ਆਪਾਂ ਆਮ ਆਦਮੀ ਦੀ ਖਾ ਕੇ ਦੇਖ ਲਓ
ਜੁੱਤੀ ਬੰਦਾ ਜੁੱਤੀ ਤਾਂ ਉਹੀ ਰਹਿਣੀ ਹੈ, ਬੰਦਾ ਹੀ ਬਦਲੂਗਾ, ਬਦਲਣਾ ਬਿਲਕੁਲ ਠੀਕ ਹੈ ਨਾ। ਤੁਹਾਡੀ ਚਮੜੀ ਵੀ ਉਹੀ ਰਹਿਣੀ ਹੈ ਔਰ ਚਮੜੀ ਤੁਹਾਡੀ ਪੱਕ ਚੁੱਕੀ ਹੈ, ਸੋਚਣ ਵਾਲੀ ਗੱਲ ਹੈ। ਮੈਨੂੰ ਉਸ ਬੰਦੇ ਦੀ ਗੱਲ ਨੇ ਬਹੁਤ ਅਪੀਲ ਕੀਤਾ, ਮੇਰੇ ਦਿਮਾਗ 'ਚ ਗੱਲ ਕਲਿੱਕ ਕੀਤੀ ਹੈ, ਇਹ ਤਾਂ ਹੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਨਹੀਂ ਸਹੀ ਹੈ, ਠੀਕ ਹੈ ਨਾ, ਬਿਲਕੁਲ ਆਪਣੀ ਗੱਲ ਰੱਖਣਾ ਹੀ ਲੋਕਤੰਤਰ ਬਸ। ਔਰ ਦੇਖੋ ਜਾਗੂਗਾ, ਵੋਟਰ ਜਾਗੂਗਾ ਹੁਣ, ਔਰ ਜਾਗਣਾ ਚਾਹੀਦਾ ਬਿਲਕੁਲ। ਸੋ ਇੱਥੇ ਗੱਲ ਮੁੱਕਦੀ ਹੈ, ਸੋ ਅਗਲੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ। ਹੁਣ ਲਈ ਦਿਓ ਇਜਾਜ਼ਤ ਪ੍ਰੀਤ ਡੁਗਰੀ ਦੇ ਨਾਲ ਹਾਲਾਤ ਪੰਜਾਬ ਚੈਨਲ। ਧੰਨਵਾਦ ਦੋਸਤੋ।